ਤਾਂ ਲੱਗਿਆ ਕਿ ਤੁਹਾਡੀ ਕੋਠੀ ਤੋਂ ਬਾਅਦ ਦੁਨੀਆ ਭਰ 'ਚ ਵੱਸਦਾ ਪੰਜਾਬੀ ਭਾਈਚਾਰਾ ਹੈਗਾ, ਇੱਦਾਂ ਸਾਰਿਆਂ 'ਤੇ ਕਬਜ਼ਾ ਹੋ ਜਾਊਗਾ। ਫਿਰ ਕਹਿੰਦੇ ਵੀ ਇੱਥੇ ਤਾਂ ਰਹਿਣ ਦਾ ਫਾਇਦਾ ਨਹੀਂ, ਵੇਚੋ ਸਾਰਾ ਕੁਛ ਇੱਥੋਂ, ਜੇ ਵਾਪਸ ਕੋਈ ਆਇਆ ਕਿਰਾਏ 'ਤੇ ਲੈ ਲਓ, ਕਿਉਂ ਆਪਾਂ ਇੱਥੇ ਆਪਣੇ ਪੈਸੇ ਖਰਾਬ ਕਰੀਏ, ਕੁਲਤਾਰ ਸਿੰਧਵਾ ਨੂੰ ਮਿਲੀਏ, ਦੂਜੇ ADGP ਨੂੰ ਮੈਨੂੰ ਕਹਿਤਾ ਵੀ ਉੱਧਰ ਜਾਓ ਤੁਸੀਂ, ਫਿਰ SSP ਦੇ ਕੋਲ ਜਾਓ, ਫਿਰ ਉੱਧਰ ਜਾਓ, ਬਹੁਤ ਵਾਰੀ ਕਮਾ ਲਿਆ ਉਹਨਾਂ ਨੇ। ਪਰ ਜੇ ਮੇਰੇ ਹਸਬੈਂਡ ਜਾਂ ਮੇਰੇ ਬੇਟਾ ਇੱਥੇ ਹੁੰਦੇ, ਵੈਰੀ ਈਜ਼ਲੀ ਉਹਨਾਂ 'ਤੇ ਕੋਈ ਕੇਸ ਪਾ ਦਿੰਦੇ, ਅੰਦਰ ਕਰਾ ਦਿੰਦੇ, ਵਟਐਵਰ। ਕਰਮ ਸਿੰਘ ਹੋਣਾ ਦੀ ਮੈਂ ਕੱਲ੍ਹ ਇੰਟਰਵਿਊ ਕੀਤੀ, ਕਿਤੇ ਉਹ ਤਾਂ ਪਰਿਵਾਰ ਕਦੀ ਇੱਥੇ ਆਇਆ ਨਹੀਂ ਹੈਗਾ। ਕੋਠੀ ਦੀ ਹਾਲਤ ਦੇਖੋ, ਇੱਦਾਂ ਬਣਿਆ ਕਿ ਜਦੋਂ ਉੱਥੇ ਕਬੂਤਰ ਬੋਲਦੇ ਹੈਗੇ ਜੀ, ਬਹੁਤ ਮਾੜੀ ਹਾਲਤ ਸੀ। 2010 ਦੇ ਵਿੱਚ ਗੱਲ ਕਰ ਰਹੇ ਹਾਂ, ਫੈਬਰੀ ਦੇ ਵਿੱਚ ਅਸੀਂ ਆਏ ਸੀ, ਹਰਿਮੰਦਰ ਸਾਹਿਬ ਦੇ ਸਾਹਮਣੇ ਸਾਡੀਆਂ ਫੋਟੋਆਂ ਆ। ਆਈ ਥਿੰਕ ਮੇਰੇ ਹਸਬੈਂਡ ਨੇ ਵੀ ਆਪਣੀ ਪਾਸਪੋਰਟ ਜਿਹੜਾ ਸਟੈਂਪ ਆ ਉਹ ਵੀ ਤੁਹਾਨੂੰ ਦਿਖਾਤਾ ਸੀਗਾ। ਕੁਲਤਾਰ ਸਿੰਧਵਾ ਨੂੰ ਮਿਲੀਏ, ਦੂਜੇ ADGP ਨੂੰ ਮੈਨੂੰ ਕਹਿਤਾ ਵੀ ਉੱਧਰ ਜਾਓ ਤੁਸੀਂ, ਫਿਰ SSP ਦੇ ਕੋਲ ਜਾਓ, ਫਿਰ ਉੱਧਰ ਜਾਓ, ਬਹੁਤ ਵਾਰੀ ਕਮਾ ਲਿਆ ਉਹਨਾਂ ਨੇ। ਪਰ ਜੇ ਮੇਰੇ ਹਸਬੈਂਡ ਜਾਂ ਮੇਰੇ ਬੇਟਾ ਇੱਥੇ ਹੁੰਦੇ, ਵੈਰੀ ਈਜ਼ਲੀ ਉਹਨਾਂ 'ਤੇ ਕੋਈ ਕੇਸ ਪਾ ਦਿੰਦੇ, ਅੰਦਰ ਕਰਾ ਦਿੰਦੇ, ਵਟਐਵਰ। ਫਿਰ ਹੁਣ ਫਿਰ ਅਸੀਂ ਇਸ ਤਰੀਕੇ ਨਾਲ ਸੋਚਿਆ ਵੀ ਤੁਸੀਂ ਇੱਥੇ ਰਹੋ, ਜਿਹੜਾ ਸਾਡਾ ਕੰਮ ਕਰਨ ਵਾਲਾ ਵਿਲ ਡੂ ਇਟ, ਤੁਸੀਂ ਇੱਧਰੋਂ ਬਾਹਰੋਂ ਸਾਂਭੋ। ਅਸੀਂ ਕਰਮ ਸਿੰਘ ਹੋਣਾ ਦੀ ਮੈਂ ਕੱਲ੍ਹ ਇੰਟਰਵਿਊ ਕੀਤੀ, ਕਹਿੰਦੇ ਉਹ ਤਾਂ ਪਰਿਵਾਰ ਕਦੀ ਇੱਥੇ ਆਇਆ ਨਹੀਂ ਹੈਗਾ, ਨਾ 10 'ਚ ਨਾ 13 ਦੇ ਵਿੱਚ। ਤੁਸੀਂ ਆਏ ਕਦੀ ਜੀ ਕੋਠੀ ਦਾ ਹਾਲ ਚਾਲ? ਕਹਿੰਦੇ ਕੋਠੀ ਦੀ ਹਾਲਤ ਦੇਖੋ, ਇੱਦਾਂ ਬਣਿਆ ਕਿ ਜਦੋਂ ਉੱਥੇ ਕਬੂਤਰ ਬੋਲਦੇ ਹੈਗੇ ਜੀ, ਬਹੁਤ ਮਾੜੀ ਹਾਲਤ ਸੀ। ਵੀਰ ਜੀ 2010 ਦੇ ਵਿੱਚ ਗੱਲ ਕਰ ਰਹੇ ਹਾਂ, ਫੈਬਰੀ ਦੇ ਵਿੱਚ ਅਸੀਂ ਆਏ ਸੀ, ਮੇਰੀ ਦਰਾਣੀ, ਉਹਨਾਂ ਦੀ ਬੱਚੀ, ਦਿਓ, ਅਸੀਂ ਸਾਰੇ ਵਾਪਸ ਇੱਥੇ ਆਏ ਸੀਗੇ, ਹਰਿਮੰਦਰ ਸਾਹਿਬ ਦੇ ਸਾਹਮਣੇ ਸਾਡੀਆਂ ਫੋਟੋਆਂ ਆ। ਆਈ ਥਿੰਕ ਮੇਰੇ ਹਸਬੈਂਡ ਨੇ ਵੀ ਆਪਣੀ ਪਾਸਪੋਰਟ ਜਿਹੜਾ ਸਟੈਂਪ ਆ ਉਹ ਵੀ ਤੁਹਾਨੂੰ ਦਿਖਾਤਾ ਸੀਗਾ। 2013 ਫੈਬਰੀ 'ਚ ਆਈ ਸੀਗੀ, ਐਂਡ ਦੈਨ ਅਗੈਨ ਇਨ ਜੁਲਾਈ ਮੈਂ ਅਤੇ ਮੇਰੇ ਹਸਬੈਂਡ ਇੱਥੇ ਸੀਗੇ। ਸੋ ਕਿਸ ਤਰੀਕੇ ਨਾਲ ਕਹਿ ਰਹੇ ਵੀ ਅਸੀਂ ਆਏ ਨਹੀਂ ਸੀਗੇ, ਮੇਰੇ ਤੋਂ ਬਿਨਾਂ ਮੇਰੇ ਹਸਬੈਂਡ ਇੱਥੇ ਆਉਂਦੇ ਜਾਂਦੇ ਰਹੇ ਸੀਗੇ ਅਨਟਿਲ 2013। ਕਾਫੀ ਦੇਰ ਜਗਰਾਉਂ ਦੇ ਵਿੱਚ ਰਹਿ ਕੇ ਵੀ ਗਏ ਆ, ਇਹ ਨਹੀਂ ਵੀ ਉਹ ਸਿਰਫ ਇੱਕ ਦਿਨ ਆ ਗਏ ਮੁੜ ਗਏ, ਨੋ, ਜਗਰਾਉਂ ਦੇ ਵਿੱਚ ਰਹਿ ਕੇ ਗਏ, ਘਰ ਦੇ ਵਿੱਚ ਰਹਿ ਕੇ ਗਏ ਆ 6-6 ਮਹੀਨੇ, 2-2 ਮਹੀਨੇ। ਪੂਰੀ ਕੋਠੀ ਕਿੰਨੀ ਹੈਗੀ? ਇੱਕ ਤਾਂ ਕੋਠੀ ਜਿਹੜੀ ਸਤੌਤ ਹੈਗੀ, ਇੱਕ ਓਪਨ ਏਰੀਆ ਕਿੰਨਾ ਹੈਗਾ ਤੁਹਾਡਾ, ਪੂਰਾ ਰਕਬਾ ਕਿੰਨਾ ਹੈਗਾ? ਫੁੱਲ ਰੈਕਰਡ ਇਜ਼ ਲਗਭਗ ਆਈ ਥਿੰਕ ਕਹਿੰਦੇ ਵੀ 25 ਮਰਲੇ, 25 ਮਰਲੇ। ਐਂਡ ਜਿਹੜਾ ਕਰਮ ਸਿੰਘ ਨੇ ਉਹਨੇ ਦਰਜ ਕੀਤਾ ਆਈ ਥਿੰਕ ਉਹਨੇ ਕੀ ਕਹਿੰਦੇ ਵੀ 8 ਮਰਲੇ ਕੀਤੇ ਆ। ਜਿਹੜਾ ਹੁਣ ਬਾਕੀ ਦਾ 17 ਮਰਲੇ ਰਹਿੰਦੇ ਆ, ਹਾਲੇ ਵੀ ਮੰਮੀ ਦੇ ਨਾਂ 'ਤੇ ਬੋਲਦੇ ਆ। ਪਰ ਉਹਨਾਂ ਨੇ ਕੋਠੀ ਦੇ ਵਿੱਚ ਜਿਹੜੀ ਪੰਨ ਤੋੜ ਕੀਤੀ ਜਾਂ ਰੈਨੋਵੇਸ਼ਨ ਕੀਤੀ ਜਾਂ ਗੇਟਸ ਸਾਰਾ ਕੁਛ, ਉਹ ਤਾਂ ਉਹਨਾਂ ਨੇ ਕੀਤੀ, ਪਰ ਜਿਹੜਾ ਉਹਨਾਂ ਦਾ ਥਾਂ ਵੀ ਨਹੀਂ ਬੋਲਦਾ, ਜਿਹੜਾ ਉਹਨਾਂ ਦਾ ਨਾਲ ਦਾ ਪਿਛਲਾ ਪਲੋਟ ਸੀ ਉਹ ਵੀ ਮੈਡਮ ਨੇ ਰੈਨੋਵੇਸ਼ਨ ਸ਼ੁਰੂ ਕਰਤੀ। ਕਿਹੜੇ ਤਰੀਕੇ ਨਾਲ ਕੀਤੀ ਜਦੋਂ ਉਹਨਾਂ ਦਾ ਪਲੋਟ ਹੀ ਨਹੀਂ? ਅੱਛਾ, ਤੁਸੀਂ ਕਿੰਨੇ ਕੁ ਦਾ ਪਲਾਟ ਲਿਆ ਹੋਊਗਾ ਜਾਂ ਕਿੰਨੇ ਹੀ ਤੁਹਾਡੀ ਕੋਠੀ 'ਤੇ ਖਰਚਾ ਗਿਆ? ਕਿਉਂਕਿ ਮੈਂ ਜਿਹੜੀ ਇੰਟਰਵਿਊ ਕੀਤੀ ਕਰਮ ਸਿੰਘ ਕਹਿੰਦਾ ਕਿ 13 ਲੱਖ ਦੀ ਲਈ, ਮੈਂ ਕਿਹਾ ਬੜਾ ਕਰਮਾਂ ਵਾਲਾ ਹੈ, ਐਡਾ ਵਧੀ ਕੋਠੀ 3 ਮੰਜ਼ਲੀ 13 ਲੱਖ 'ਚ ਮਿਲ ਗਈ। ਤੁਹਾਡੀ ਕਿੰਨੀ ਟੋਟਲ ਕਿੰਨੇ 'ਚ ਪਈ ਸੀ ਇਨਕਲੂਡਿੰਗ ਜ਼ਮੀਨ ਵਗੈਰਾ ਜੀ? ਵੀਰ ਜੀ ਉਸ ਵੇਲੇ ਮੈਨੂੰ ਐਗਜੈਕਟਲੀ ਨਹੀਂ ਪਤਾ, ਪਰ ਆਈ ਥਿੰਕ ਉੱਥੇ ਜਿਹੜੀ ਰੀਸੇਲ ਡੀਲ ਆ ਸਾਡੇ 'ਤੇ, ਉੱਥੇ ਮੈਂ ਤੁਹਾਨੂੰ ਦਿਖਾ ਦੂੰਗੀ ਵੀ ਕਿੰਨੇ ਦੀ ਪਈ ਆ। ਬਟ ਜੇ 13 ਲੱਖ ਦੇ ਵਿੱਚ ਕੋਠੀ ਮਿਲ ਜਾਵੇ ਉਹ ਵੀ 3-4 ਮੰਜ਼ਲੀ, ਬੜਾ ਕਿਸਮਤ ਵਾਲਾ ਆ ਕਰਮ ਸਿੰਘ, ਆਈ ਡੋਨਟ ਨੋ ਹਾਊ ਹੀ ਡਿਡ ਇਟ। ਬਟ ਅਸੀਂ ਇੱਕ ਜਿਹੜੀ ਦੁਨੀਆ ਭਰ ਦੇ ਵਿੱਚ ਬੈਠੇ ਪ੍ਰਵਾਸੀ ਪੰਜਾਬੀ ਭੈਣ ਭਰਾ ਆ ਗਏ ਨੇ, ਉਹਨਾਂ ਨੂੰ ਇਸ ਸਰਕਾਰ 'ਤੇ ਬਹੁਤ ਜ਼ਿਆਦਾ ਮਾਣ ਸੀ, ਉਹ ਬਹੁਤ ਸਾਰੀ ਆਰਥਿਕ ਤੌਰ 'ਤੇ ਮਦਦ ਵੀ ਹੁੰਦੀ ਰਹੀ ਹੈ ਇਨ ਪਾਰਟੀਆਂ ਦੀ, ਪੋਲੀਟੀਕਲ ਪਾਰਟੀਆਂ ਦੀ। ਤਾਂ ਲੱਗਿਆ ਕਿ ਤੁਹਾਡੀ ਕੋਠੀ ਤੋਂ ਬਾਅਦ ਜਿਹੜਾ ਦੁਨੀਆ ਭਰ 'ਚ ਵੱਸਦਾ ਪੰਜਾਬੀ ਭਾਈਚਾਰਾ ਹੈਗਾ ਉਹ ਕਾਫੀ, ਉਹ ਵੀ ਖੌਫ ਦੇ ਵਿੱਚ ਆ ਕਿ ਸਾਡੀਆਂ ਉੱਥੇ ਜਾਇਦਾਦਾਂ ਨੇ, ਜ਼ਮੀਨ ਆ, ਕੋਠੀਆਂ ਨੇ, ਘਰ ਨੇ, ਇੱਦਾਂ ਸਾਰਿਆਂ 'ਤੇ ਕਬਜ਼ਾ ਹੋ ਜਾਊਗਾ ਜੀ। ਬਿਲਕੁਲ, ਸਾਰੇ ਡਰਦੇ ਆ, ਸਾਰੇ ਨੇ ਮੈਨੂੰ ਫੋਨ ਕਰਕੇ ਕਿਹਾ ਵੀ ਸੱਚੀ ਕੁਲਦੀਪ ਤੁਹਾਡੇ ਨਾਲ ਆਹ ਗੱਲ ਹੋਈ ਆ, ਵੀ ਇਸ ਤਰ੍ਹਾਂ ਲੱਗਦਾ ਵੀ ਜੇ ਤੁਹਾਡੇ ਨਾਲ ਹੋ ਸਕਦੀ ਵੀ ਉਹਨਾਂ ਕਿਸੇ ਨਾਲ ਵੀ ਹੋ ਸਕਦੀ ਆ। ਫਿਰ ਕਹਿੰਦੇ ਵੀ ਇੱਥੇ ਤਾਂ ਰਹਿਣ ਦਾ ਫਾਇਦਾ ਨਹੀਂ, ਵੇਚੋ ਸਾਰਾ ਕੁਛ ਇੱਥੋਂ, ਜੇ ਜਦੋਂ ਵੀ ਕਿਤੇ ਨੇ ਕਿਸੇ ਨੇ ਵੀ ਆਉਣਾ ਹੋਏ, ਜੇ ਵਾਪਸ ਕੋਈ ਆਇਆ ਕਿਰਾਏ 'ਤੇ ਲੈ ਲਓ, ਜਿਹੜਾ ਆਪਾਂ 2 ਮਹੀਨੇ ਰਹਿਣਾ ਜਾਂ 1-2 ਹਫ਼ਤੇ ਰਹਿਣੇ ਕਿਰਾਏ 'ਤੇ ਲੈ ਲਓ, ਇੱਥੇ ਕਿਉਂ ਬਣਾਈਏ ਕੁਛ, ਕਿਉਂ ਆਪਾਂ ਇੱਥੇ ਆਪਣੇ ਪੈਸੇ ਖਰਾਬ ਕਰੀਏ, ਕਿਉਂ ਵਾਪਸ ਆਈਏ ਪੰਜਾਬ ਦੇ ਵਿੱਚ? ਬਸ ਇਹੀ ਵੀ ਸਾਡੀ ਜ਼ਮੀਨ ਜ਼ਿਆਦਾ ਦੱਬੀ ਜਾਵੇ, ਸਾਨੂੰ ਸਾਡੇ ਬੱਚਿਆਂ ਦਾ ਜਿਹੜੇ ਗਾਹਾਂ ਆਪਾਂ ਬੱਚਿਆਂ ਨੂੰ ਛੱਡ ਕੇ ਜਾਣਾ ਕੁਛ ਵੀ ਉਹ ਵੀ ਲੈ ਜਾਵੇ ਸਾਡੇ ਤੋਂ।
ਅਜੇ ਤੁਹਾਡੇ ਸਹੁਰੇ ਪਿੰਡ ਉਹ ਕੋਈ ਹੋਰ ਵੀ ਹੈਗੀ ਪਿੰਡ ਦੇ ਵਿੱਚ ਅਮਰਜੀਤ ਕੌਰ ਹੈਗੀ ਜਿਹਦੇ ਸਿਗਨੇਚਰ ਹੈ ਉਹ ਕਹਿ ਰਹੇ ਕਿ ਉਹ ਨਹੀਂ ਫਰਜ਼ੀ ਸੀ ਸਾਰੇ ਫੇਕ ਸੀ ਵੀਰ ਜੀ ਆਈ ਡੋਂਟ ਥਿੰਕ ਸੋ ਆਈ ਥਿੰਕ 100% ਨਹੀਂ ਮੈਂ ਸ਼ੋਰ ਪਰ ਜਿਸ ਤੱਕ ਉਹਨਾਂ ਨੇ ਕਿਹਾ ਹੋਇਆ ਸੀ ਐਕਸ ਸੀਗੀ ਅਮਰਜੀਤ ਕੌਰ ਬਟ ਵਾਈਫ ਆਫ ਬਚਿੱਤਰ ਸਿੰਘ ਸਿਰਫ ਮੇਰੀ ਮੰਮੀ ਸੀ ਐਂਡ ਉਹਨਾਂ ਨੂੰ ਵੀ ਹੋ ਗਿਆ ਆਈ ਥਿੰਕ 4-5 ਸਾਲ ਪੂਰੇ ਹੋਏ ਨੂੰ ਅਮਰਜੀਤ ਕੌਰ ਨੂੰ ਨਾਲੇ ਉਹ ਕਹਿੰਦੇ ਵੀ ਉਹ ਵੀ ਆਈ ਥਿੰਕ ਕਿਸੇ ਤਰੀਕੇ ਨਾਲ ਰਿਸ਼ਤੇਦਾਰ ਸੀ ਕਰਮ ਸਿੰਘ ਦੀ ਜਦੋਂ ਉਹ ਲੋਪੋ ਦੇ ਵਿੱਚ ਕੰਮ ਕਰਦੇ ਸੀ ਐਜ਼ ਅ ਬੈਂਕ ਮੈਨੇਜਰ ਜਾਂ ਬੈਂਕ ਕਲਰਕ ਔਰ ਵਟਐਵਰ ਅੱਛਾ ਕਦੇ ਤੁਸੀਂ ਅਸ਼ੋਕ ਕੁਮਾਰ ਨੂੰ ਜਾਂ ਕਰਮ ਸਿੰਘ ਨੂੰ ਕਿਤੇ ਮਿਲੇ ਹੈਗੇ ਕਿਤੇ ਜਾਣਦੇ ਹੈਗੇ ਸੀ ਪਹਿਲਾਂ ਕਿ ਇਹ ਬੰਦੇ ਦੋ ਹੈ ਨੇ ਵੀਰ ਜੀ ਸਾਡੇ ਵੱਲੋਂ ਤਾਂ ਨਹੀਂ ਬਿਲਕੁਲ ਹੀ ਨਹੀਂ ਉਹ ਤਾਂ ਅਸੀਂ ਸ਼ੁਰੂ ਤੋਂ ਤੁਹਾਨੂੰ ਕਹਿ ਰਹੇ ਆ ਰਹੇ ਹਾਂ ਸਾਰਿਆਂ ਨੂੰ ਕਿਹਾ ਵੀ ਸਾਡੇ ਜਾਣ ਪਛਾਣ ਦੇ ਵਿੱਚ ਉਹ ਬੰਦੇ ਹੈ ਨਹੀਂ ਪਰ ਜਿਹੜਾ ਕਰਮ ਸਿੰਘ ਆ ਐਂਡ ਅਸ਼ੋਕ ਕੁਮਾਰ ਆ ਇਹਨਾਂ ਦੀਆਂ ਫੋਟੋਆਂ ਬਾਰ ਬਾਰ ਮੈਡਮ MLA ਦੇ ਸਰਜੀਤ ਕੌਰ ਦੇ ਨਾਲ ਆ ਰਹੀਆਂ ਚੀਮਾ ਪਿੰਡ ਆ ਉਹਦਾ ਉਹਦੇ ਹਸਬੈਂਡ ਦੇ ਨਾਨਕੇ ਵੀ ਚੀਮੇ ਤੋਂ ਆ ਸੋ ਕਿਹਦੀ ਰਿਸ਼ਤੇਦਾਰੀ ਵਧੀ ਸਾਡੀ ਤਾਂ ਬਿਲਕੁਲ ਨਹੀਂ ਤੁਹਾਨੂੰ ਤੁਸੀਂ ਨੌਨ ਸੱਸ ਨੂੰ ਕਿੰਨੇ ਦਿਨ ਹੋ ਗਏ ਨੇ ਮੈਂਟਲੀ ਤੌਰ 'ਤੇ ਬੜਾ ਟੋਰਚਰ ਹੋ ਗਏ ਇੰਨੀ ਜ਼ਿਆਦਾ ਖੱਜਲ ਖੁਆਰੀ ਹਰ ਘਰ ਦਾ ਤੁਸੀਂ ਦਰਵਾਜ਼ਾ ਖੜਕਾਇਆ ਤਾਂ ਲੱਗਦਾ ਕਿ ਇਨਸਾਫ ਮਿਲੂਗਾ ਜਾਂ ਪੰਜਾਬ ਸਰਕਾਰ ਇਨਸਾਫ ਦੇਗੀ ਜਾਂ ਫਿਰ ਇਹ ਸੋਚਿਆ ਕਿ ਨਹੀਂ ਲੜਾਈ ਤੈਂਡ ਤੱਕ ਲੜਾਂਗੇ ਚਾਹੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਵੀ ਜਾਣਾ ਪਵੇ ਡੈਫੀਨੇਟਲੀ ਹਾਈ ਕੋਰਟ ਸੁਪਰੀਮ ਕੋਰਟ ਤੱਕ ਜਾਵਾਂਗੇ ਪਰ ਹਾਲੇ ਵੀ ਅਸੀਂ ਕਹਿੰਦੇ ਵੀ ਅਸੀਂ ਸਿਰਫ ਚਾਹੁੰਦੇ ਹਾਂ ਵੀ ਮੰਮੀ ਦਾ ਘਰ ਵਾਪਸ ਮਿਲ ਜਾਵੇ ਮੈਡਮ MLA ਕਹਿੰਦੀ ਸੀਗੀ ਵੀ ਚਾਬੀਆਂ ਫੜਾਊਗੀ ਜਿਹੜਾ ਸਹੀ ਹੱਕਦਾਰ ਆ ਹਾਲੇ ਤੱਕ ਮੇਰੀ ਮੰਮੀ ਨੂੰ ਚਾਬੀ ਨਹੀਂ ਮਿਲੀ ਉਹਨਾਂ ਨੇ FIR ਤਾਂ ਕਰਤੀ ਕਰਮ ਸਿੰਘ ਚਾਬੀਆਂ ਦੇਣ ਨੂੰ ਤਿਆਰ ਆ ਉਹ ਪੇਪਰ ਸਹੀ ਕਰਨ ਨੂੰ ਤਿਆਰ ਆ ਮਿਸਟਰ ਭਗਵੰਤ ਮਾਨ CM ਸਾਹਿਬ ਉਹਨਾਂ ਦਾ ਇੱਕ ਮਿੰਟ ਦਾ ਕੰਮ ਆ ਫੋਨ ਚੱਕ ਕੇ ਉਹਨਾਂ ਨੂੰ ਕਹੋ ਵੀ ਸਾਰੇ ਜਿਹੜੇ ਪੇਪਰ ਵਰਕ ਆ ਸਹੀ ਕਰਕੇ ਦਿਓ ਉਹਨਾਂ ਨੂੰ ਇਹ ਨਾ ਕਹੋ ਵੀ ਕੋਰਟ ਦੇ ਵਿੱਚ ਜਾ ਕੇ ਸਹੀ ਹੋ ਗਏ ਬਿਕੋਜ਼ ਕੋਰਟ ਦੇ ਵਿੱਚ ਸਾਰਿਆਂ ਨੂੰ ਪਤਾ ਤਰੀਕ ਪੈ ਗਈ ਅਗਲੀ ਤਰੀਕ ਚੱਕ ਲਾਓ ਉਹ ਤੋਂ ਬਾਅਦ ਦੂਜੀ ਤਰੀਕ ਤੱਕ ਗਈ ਉਹ ਤੋਂ ਪਰ ਉਹ ਤੋਂ ਸਾਨੂੰ ਕੀ ਪਤਾ ਵੀ ਕਰਮ ਸਿੰਘ ਕਿੱਥੇ ਭੱਜੂਗਾ ਜਾਂ ਮੈਡਮ MLA ਹੋਰ ਕੋਈ ਚੱਕਰ ਚਲਾਊਗੀ ਸੋ ਅਸੀਂ ਕਿਉਂ ਠਹਿਰੀਏ ਜਦੋਂ ਸਬੂਤ ਸਾਰੇ ਉਹਨਾਂ ਦੇ ਖਿਲਾਫ ਆ ਰਿਹਾ ਫੇਕ ਡਾਕੂਮੈਂਟਸ ਉਹਨਾਂ ਨੇ ਬਣਾਈਆਂ ਸਾਡੇ ਪੇਪਰ ਸੱਚੇ ਆ ਅਸੀਂ ਕੋਈ ਹੇਰਾਫੇਰੀ ਨਹੀਂ ਕੀਤੀ ਕਿਸੇ ਨਾਲ ਮੰਮੀ ਨੂੰ ਸਹੀ ਉਹਦਾ ਹੱਕ ਦਿਆ ਦਿਓ ਉਹਨਾਂ ਨੂੰ ਕਹਿ ਦਿਓ ਵੀ ਬੀਬੀ ਆ ਲਓ ਘਰੇ ਆਪਣੇ ਬਹਿ ਜਾਓ ਆ ਲਓ ਤੁਹਾਡੀਆਂ ਚਾਬੀਆਂ ਆ ਲਓ ਤੁਹਾਡੇ ਸਹੀ ਕੀਤੇ ਹੋਏ ਪੇਪਰ ਬਿਜਲੀ ਵਾਟਰ ਜੋ ਕੁਛ ਵੀ ਆ ਮੰਮੀ ਦੇ ਨਾਂ ਕਰਾ ਕੇ ਸਾਨੂੰ ਦੇ ਦੇਣ ਐਂਡ ਇਹ ਵੀ ਨਹੀਂ ਹੋਣਾ ਚਾਹੀਦਾ ਵੀ ਮਹੀਨਾ ਲੱਗੂ ਹੱਲੇ ਜੇ ਉਹ ਰਾਤੋਂ ਰਾਤੀ ਇੰਤਕਾਲ ਕਰਾ ਸਕਦੇ ਆ ਸਹੀ ਪੇਪਰ ਉਹਨਾਂ ਨੂੰ ਮਿੰਟ ਲੱਗਣਾ ਚਾਹੀਦਾ ਐਂਡ ਮਾਨ ਸਾਹਿਬ ਇਹ ਕਰ ਸਕਦੇ ਜੇ ਕਰਨਾ ਚਾਹੇ ਤਾਂ ਤੁਹਾਨੂੰ ਲੱਗਦਾ ਕਿ ਉੱਥੇ ਪੁਲਿਸ ਵੀ ਬਹੁਤ ਜ਼ਿਆਦਾ ਪ੍ਰੈਸ਼ਰ 'ਚ ਹਾਲਾਂਕਿ ਇੱਕ ਹਿੰਦੁਸਤਾਨ ਦੇ ਵਿੱਚ ਬੜੀ ਮਿੱਥ ਬਣੀ ਕਿ ਜਿਸ ਜ਼ਿਲ੍ਹੇ ਦਾ ਪੁਲਿਸ ਮੁਖੀ ਐਜ਼ ਏ IPS ਔਫਿਸਰ ਹੋਵੇ ਉਹ 'ਤੇ ਸਰਕਾਰ ਦਾ ਬੜਾ ਪ੍ਰੈਸ਼ਰ ਘੱਟ ਹੁੰਦਾ ਤੁਹਾਨੂੰ ਅਹਿਸਾਸ ਹੋਇਆ ਕਿ ਨਹੀਂ ਚਾਹੇ IPS ਹੈ ਚਾਹੇ ਸਿੰਪਲ ਹੈ ਕੋਈ ਪੁਲਿਸ ਔਫਿਸਰ ਸਟੇਟ ਦੇ ਥੱਲੇ ਹੀ ਕੰਮ ਕਰਦਾ ਪ੍ਰੈਸ਼ਰ ਦੇ ਥੱਲੇ ਹੀ ਕੰਮ ਕਰਦਾ ਇਨਸਾਫ ਦੇਣ ਜੋਗੇ ਨਹੀਂ ਹੈਗੇ ਜੀ ਬਿਲਕੁਲ ਸਹੀ ਵੀਰ ਜੀ ਸਾਰੇ ਉਹਨਾਂ ਤੋਂ ਡਰਦੇ ਆ ਬਿਕੋਜ਼ ਉਹ MLA ਆ ਜਗਰਾਉਂ ਦੀ ਕਹਿਣ ਜਾਂ ਨਾ ਕਹਿਣ ਸਾਰੇ ਉਹ ਤੋਂ ਡਰਦੇ ਆ ਐਂਡ ਉਹ ਵੀ ਪ੍ਰੈਸ਼ਰ 'ਤੇ ਆ ਕੇ ਵਿੱਚ ਔਰ ਸ਼ਾਇਦ ਜੇ ਕਰਨਾ ਚਾਹੁੰਦਾ ਵੀ ਹੋਵੇ ਕੁਛ ਨਹੀਂ ਕੀਤਾ ਉਹਨਾਂ ਨੇ ਸਾਡੇ ਲਈ ਕੋਈ ਨਹੀਂ ਉੱਥੇ ਲੜਿਆ ਸਾਨੂੰ ਤਾਂ ਇਹੀ ਕਿਹਾ ਗਿਆ ਵੀ ਕੱਲ੍ਹ ਆਇਓ ਹਾਲੇ ਇਨਵੈਸਟੀਗੇਸ਼ਨ ਹੋ ਰਹੀ ਆ ਆ ਹੋ ਗਿਆ ਜਿਹੜੀ ਸਾਡੀ ਇਨਵੈਸਟੀਗੇਸ਼ਨ ਪ੍ਰਾਈਵੇਟ ਇਨਵੈਸਟੀਗੇਸ਼ਨ ਇੰਨੇ ਵੱਡੇ ਕੇਸ ਦੀ ਹੋ ਸਕਦੀ ਆ ਦੋ ਤਿੰਨਾਂ ਦਿਨਾਂ ਦੇ ਵਿੱਚ ਹਾਲੇ ਤੱਕ ਇਹਨਾਂ ਦੀ ਇਨਵੈਸਟੀਗੇਸ਼ਨ ਹੀ ਖਤਮ ਹੋਈ ਜਿਹੜੇ ਅਸੀਂ ਪਰੂਫ ਇਕੱਠੇ ਕਰ ਸਕਦੇ ਹਾਂ ਉਹ ਤਾਂ ਪੁਲਿਸ ਆ ਉਹਨਾਂ ਕੋਲ ਜ਼ਿਆਦਾ ਰਿਸੋਰਸਿਸ ਹੋਣੇ ਚਾਹੀਦੇ ਆ ਸਾਡੇ ਨਾਲੋਂ ਉਹ ਹਾਲੇ ਤੱਕ ਕਹਿੰਦੇ ਵੀ ਨਹੀਂ ਕਰ ਸਕਦੀ ਆਹ ਆ ਪੰਜਾਬ ਦੀ ਪੁਲਿਸ ਫੋਰਸ ਉਹਨਾਂ ਨੂੰ ਸੋਚਣਾ ਚਾਹੀਦਾ ਥੋੜ੍ਹਾ ਕੁ ਸੋਚੋ ਜੇ ਤੁਸੀਂ ਕਹਿ ਰਹੇ ਵੀ ਤੁਸੀਂ ਕਾਨੂੰਨ ਦਾ ਸਾਥ ਦੇ ਰਹੇ ਹੋ ਵੀ ਤੁਸੀਂ ਆਪ ਜਿਹੜੇ ਮਾਨ ਸਾਹਿਬ ਆ ਕਹਿੰਦੇ ਵੀ ਜਸਟਿਸ ਮਿਲੂਗੀ NRIs ਨੂੰ ਮਿਲੂਗੀ ਜਸਟਿਸ ਇਹ ਤਾਂ NRIs ਹੋ ਕੇ ਵੀ ਸਾਨੂੰ ਜਸਟਿਸ ਨਹੀਂ ਮਿਲਦੀ ਜਿਹੜੇ ਇੱਥੇ ਲੋਕ ਰਹਿੰਦੇ ਉਹਨਾਂ ਨੂੰ ਕੀ ਜਸਟਿਸ ਮਿਲੂਗੀ ਤੁਸੀਂ CM ਸਾਹਿਬ ਨੂੰ ਵੀ ਮਿਲਣ ਦੀ ਕੋਸ਼ਿਸ਼ ਕੀਤੀ ਕਿ ਲੇਕਿਨ ਨਹੀਂ ਮਿਲੇ ਹੈਗੇ ਜਿਹੜੇ ਇੱਕ NRI ਮਿਨਿਸਟਰ ਵੀ ਪੰਜਾਬ ਜੋ ਕੁਲਦੀਪ ਸਿੰਘ ਧਾਲੀਵਾਲ ਤੁਹਾਡੇ ਗੋਤੀ ਵੀ ਹੈਗੇ ਨੇ ਜੀ ਜਾਂ NRI ਇੱਕ ਕਮਿਸ਼ਨ ਵੀ ਹੈਗਾ ਉਹਨਾਂ ਨੂੰ ਮਿਲੇ ਜੀ ਤੁਸੀਂ ਕਿਸੇ ਨੂੰ ਨਹੀਂ ਮਿਲੇ ਜਿਹੜੇ ਆ ਤਿੰਨ ਤੁਸੀਂ ਨਾਂ ਲਏ ਆ ਨਾ ਕਿਸੇ ਨੂੰ ਨਹੀਂ ਮਿਲੇ
ਅਸੀਂ ਮਿਹਨਤਾਂ ਕੀਤੀਆਂ ਸੀ, ਅਪੋਇੰਟਮੈਂਟ ਲੈਣ ਦੀ ਕੋਸ਼ਿਸ਼ ਵੀ ਕੀਤੀ ਸੀਗੀ ਫੋਰ ਮਿਸਟਰ ਡਾਲੀਵਾਲ, ਉਹ ਹੈ ਨਹੀਂ ਸੀਗੇ ਉੱਥੇ, ਨਾ ਹੀ ਉਹਨਾਂ ਨੇ ਦੁਬਾਰਾ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ। ਪਰ ਜੇ ਹੁਣ ਕੋਈ NRI ਅਫੇਅਰਸ ਦਾ ਮਿਨਿਸਟਰ ਆ, ਅਸੀਂ ਦੋਨੇ NRIs ਆ, ਕਿਉਂ ਨਹੀਂ ਸਾਨੂੰ ਕੰਟੈਕਟ ਕੀਤਾ? ਬਾਕੀ ਸਾਰੀ ਜਗ੍ਹਾ ਜਾਣ ਨੂੰ ਉਹਨਾਂ ਕੋਲ ਟਾਈਮ ਹੈਗਾ, ਇੱਥੇ ਕਿਉਂ ਨਹੀਂ ਝਾਕਦੇ, ਇੱਥੇ ਕਿਉਂ ਨਹੀਂ ਸਾਨੂੰ ਮਿਲਦੇ? ਵਜ੍ਹਾ ਕੀ ਆ? ਬਿਕੋਜ਼ ਹਾਲੇ ਵੋਟਾਂ ਦਾ ਟਾਈਮ ਨਹੀਂ। ਅੱਛਾ, ਇੱਕ ਹੋਰ ਹੁੰਦਾ ਕਿ ਜੇ ਪੁਲਿਸ ਕੇਸ ਜਾਂ ਪੁਲਿਸ ਥਾਣੇ ਕਚਹਿਰੀਆਂ 'ਚ ਨਾ ਉਹਨਾਂ ਨੂੰ ਪਤਾ ਲੱਗ ਜਾਏ ਕਿ NRI ਆ, ਅਸਾਮੀ ਸਮਝ ਲੈਂਦੇ ਵੀ ਝਾੜ ਦਿਓ ਜੋ ਕੁਛ ਝਾੜਿਆਂ ਦਾ, ਇੱਦਾਂ ਦਾ ਵੀ ਤੁਹਾਡੇ ਨਾਲ ਕੁਛ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਹੈਗਾ? ਮਤਲਬ ਜੇ ਪੈਸੇ ਮੰਗਣ ਦੀ ਕੋਸ਼ਿਸ਼ ਕੀਤੀ? ਨਹੀਂ, ਕਿਸੇ ਨੇ ਇੱਕ ਵਾਰੀ ਕਿਹਾ ਸੀਗਾ ਵੀ ਜੇ ਅਸੀਂ ਪੇਪਰ ਲੱਭਣ ਦੀ ਕੋਸ਼ਿਸ਼ ਕਰਦੇ ਸੀਗੇ ਕੋਰਟ ਕਚਹਿਰੀਆਂ 'ਚੋਂ, ਜਿਹੜੇ ਇਹਨਾਂ ਨੇ ਕਰਮ ਸਿੰਘ ਨੇ ਰਜਿਸਟਰ ਕੀਤੀ ਸੀ, ਕਹਿੰਦੇ ਵੀ ਤੁਸੀਂ ਕੋਰਟ 'ਚੋਂ ਕਢਾ ਲਓ। ਅਸੀਂ ਕੋਰਟ ਦੇ ਵਿੱਚ ਗਏ, ਕਿਸੇ ਨੇ ਸਾਨੂੰ ਕੋਈ ਪੇਪਰ ਵਰਕ ਨਹੀਂ ਦਿੱਤੇ, ਕਹਿੰਦੇ ਵੀ ਆਹ ਫਾਈਲ ਰੋਂਗ ਆ, ਆਹ ਰੋਂਗ ਆ, ਵੀ ਤੁਸੀਂ ਇੱਦਾਂ ਕਰੋ। ਫਿਰ ਸ਼ੁਭ ਚਿੰਤਕ ਆਈ ਗੈਸ ਵੈਲ ਵਿਸ਼ਰ ਆਪਾਂ ਕਹਿ ਸਕਦੇ, ਉਹਨਾਂ ਨੇ ਕਿਹਾ ਵੀ ਭੈਣੇ ਗੁੱਸਾ ਨਾ ਕਰੀ, ਕਹਿੰਦਾ ਇੱਥੋਂ ਤੈਨੂੰ ਪੇਪਰ ਨਹੀਂ ਮਿਲਣੇ, ਜੋ ਕੁਛ ਮਰਜ਼ੀ ਕਰ ਲਈ, ਇਸ ਕਚਹਿਰੀ 'ਚੋਂ ਤੈਨੂੰ ਪੇਪਰ ਨਹੀਂ ਮਿਲਣੇ, ਕਿਸੇ ਹਾਲਤ ਵਿੱਚ ਨਹੀਂ ਮਿਲਣੇ। ਠੀਕ ਆ, ਗੁੱਸਾ ਚੜ੍ਹਿਆ ਥੋੜ੍ਹਾ ਜਿਹਾ। ਫਿਰ ਕਿਸੇ ਨੇ ਅਪਰੋਚ ਕੀਤੀ, ਕਹਿੰਦੇ ਵੀ ਮੈਂ ਕਢਾ ਲੂੰਗਾ, 10,000 ਰੁਪਈਆ ਲੱਗੂਗਾ ਜਾਂ 15,000 ਲੱਗਣਗੇ, ਤੁਹਾਨੂੰ ਸਾਰੇ ਪੇਪਰ ਦੇ ਦੇਣਗੇ। ਪੇਪਰ ਕਢਾਉਣ ਲਈ ਜੋ ਸਾਡਾ ਰਾਈਟ ਆ, ਬਈ ਮੰਗਣ ਲਏ ਬਈ ਪਰੂਫ, ਅਸੀਂ ਮੰਗਦੇ ਹਾਂ ਵੀ ਸਾਡੀ ਪ੍ਰੋਪਰਟੀ 'ਤੇ ਕਿਹਦੇ ਨਾਲ ਚੜ੍ਹਿਆ ਵਿਆ, ਉਹ ਲਈ ਵੀ ਸਾਨੂੰ ਇੰਨੀ ਆਪਾਂ ਇੰਨੇ ਪੈਸੇ ਦੇਣੇ ਪੈਂਦੇ ਆ।